ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ ਦਸੰਬਰ ਮਹੀਨੇ ਦੇ 2023 ਸਾਲ ਦੇ ਆਖਰੀ ਦੋ ਦਿਨ 30 ਅਤੇ 31 ਦਸੰਬਰ ਕੇ ਇਨ੍ਹਾਂ ਦੋ ਦਿਨਾਂ ਦੇ ਵਿੱਚ ਕੀ ਮੌਸਮ ਦੀ ਹਲਚਲ ਆਪਾਂ ਨੂੰ ਪੰਜਾਬ ਵਿੱਚ ਦੇਖਣ ਨੂੰ ਮਿਲੇਗੀ ਸੋ ਪਹਿਲਾਂ ਤਾਜ਼ਾ ਸੈਟਲਾਈਟ ਤਸਵੀਰ ਦੇਖ ਰਹੇ ਹਾਂ ਜਿਹੜਾ ਸਿਸਟਮ ਪੱਛਮ ਪਾਸਿਓਂ ਆ ਰਿਹਾ ਹੈ ਜੋ ਪਹਾੜੀ ਖੇਤਰਾਂ ਵਿੱਚ ਪਹੁੰਚ ਚੁੱਕਿਆ ਹੈ ਤੇ ਉਹਦਾ ਕੁਝ ਪ੍ਰਭਾਵ ਬੱਦਲ ਵਾਈ ਦੇ ਰੂਪ ਵਿੱਚ ਪੰਜਾਬ ਵਿੱਚ ਵੀ ਅੱਜ ਦੇਖਣ ਨੂੰ ਮਿਲੂਗਾ ਉਸ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਦੇ ਹਿੱਸਿਆਂ ਦੇ ਵਿੱਚ ਵੀ ਹਲਕੀ ਦਰਮਿਆ ਸੋ ਗੱਲ ਕਰੀਏ ਪਹਿਲਾਂ ਤੁੰਦ ਦਾ ਮਾਹੌਲ ਤਾਂ ਬਣਿਆ ਹੋਇਆ ਜਿਵੇਂ ਦੇਖਣਾ ਪਿਛਲੇ 4-5 ਦਿਨਾਂ ਤੋਂ ਸੰਘਣੀ ਤੁੰਦ ਪੰਜਾਬ ਦੇ ਵਿੱਚ ਬਣੀ ਹੋਈ ਹੈ ਤੇ ਆਉਣ ਦੇ ਲਗਭਗ 3-4 ਦਿਨਾਂ ਤੱਕ ਇਸੇ ਤਰ੍ਹਾਂ ਬਣੀ ਰਹੇਗੀ ਆਸਾਰ ਇਹ ਨੇ ਜੋ ਵੀ ਆਪਣਾ ਅਨੁਮਾਨ ਹੈ ਤੇ ਬਾਕੀ ਜੋ ਅਪਡੇਟ ਮਿਲੀ ਆ ਉਸ ਮੁਤਾਬਕ ਲਗਭਗ 2 ਜਨਵਰੀ ਤੋਂ ਬਾਅਦ ਤੁੰਦ ਦਾ ਮਾਹੌਲ ਥੋੜਾ ਜਿਹਾ ਘਟੇਗਾ ਤੇ ਉਸ ਤੱਕ ਦਿਨਾਂ ਤੱਕ ਤੁੰਦ ਬਣੀ ਰਹੇਗੀ ਪਰ ਥੋੜੀ ਬਹੁਤ ਜਿਹੜੀ ਜਿਹੜੀ ਇੰਟੈਂਸਿਟੀ ਉਹ ਘਟਦੀ ਰਹੇਗੀ ਵਿਜ਼ਿਬਿਲਟੀ ਥੋੜੀ ਬਹੁਤ ਪਿਛਲੇ ਦਿਨਾਂ ਦੇ ਮੁਕਾਬਲੇ ਹਲਕਾ ਜਿਹਾ ਵਾਧਾ ਹੁੰਦਾ ਰਹੇਗਾ ਹੁਣ ਗੱਲ ਕਰੀਏ ਸਿਸਟਮ ਦੇ ਬਾਰੇ ਜਿਹੜਾ ਪਹਹਾੜੀ ਖੇਤਰਾਂ ਦੇ ਵਿੱਚ ਇਹਦੇ ਚੱਲਦੇ ਅੱਜ ਅਤੇ ਕੱਲ ਪਹਾੜੀ ਖੇਤਰਾਂ ਦੀਆਂ ਉੱਚੀਆਂ ਚੋਟੀਆਂ ਵਿੱਚ ਬਰਫਬਾਰੀ ਤੇ ਬਾਕੀ ਇਲਾਕਿਆਂ ਵਿੱਚ ਤੁਮੀ ਦੇ ਹਾਲਾਤ ਦੇਖਣ ਨੂੰ ਮਿਲਣਗੇ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਟੁੱਟਵੇਂ ਬੱਦਲਾਂ ਦੀ ਆਵਾਜ਼ ਆਈ ਹੈ ਹਾਲਾਂਕਿ ਧੁੰਦ ਦੀ ਚਾਦਰ ਦੇ ਵਿੱਚ ਇਹ ਬੱਦਲਾਂ ਦੀ ਜਿਹੜੀ ਗਤੀਵਿਧੀ ਹੈ ਨਾ ਥੋੜਿਆਂ ਬਹੁਤ ਘੱਟ ਹੀ ਨਜ਼ਰ ਆਉਣਗੀਆਂ ਪਰ ਧੁੱਪ ਨੂੰ ਇਹ ਕਿਤਨਾ ਕਿਤੇ ਲਗਾਮ ਲਾਉਣਗੇ ਜਿਹੜੇ ਖੇਤਰਾਂ ਵਿੱਚ ਕੁਝ ਦੁਪਹਿਰ ਦੇ ਆਸ-ਪਾਸ ਧੁੱਪ ਦੇਖਣ ਨੂੰ ਮਿਲਦੀ ਹੈ ਤਾਂ ਹੋ ਸਕਦਾ ਹੈ ਕਿ ਇਸ ਤੁੰਦ ਤੋਂ ਬਾਅਦ ਬਦਲਵਾਈ ਹੈ ਜਿਹੜੀ ਹਲਕੀ ਫੁਲਕੀ ਉਹਦੇ ਚੱਲਦੇ ਧੁੱਪ ਕੁਝ ਖੇਤਰਾਂ ਵਿੱਚ ਫਿਰ ਮੱਧਮ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਇਹ ਸਿਸਟਮ ਦੇ ਚੱਲਦੇ ਕੋਈ ਮੀਂਹ ਵਰਗੇ ਹਾਲਾਤ ਪੰਜਾਬ ਦੇ ਵਿੱਚ ਫਿਲਹਾਲ ਬਣਦੇ ਹੋਏ ਨਜ਼ਰ ਨਹੀਂ ਆ ਰਹੇ ਕੁਝ ਪੰਜਾਬ ਦੇ ਖਾਸ ਜਿਹੜੇ ਸਰਹੱਦੀ ਖੇਤਰ ਪੰਜਾਬ ਉਤਰੀ ਤਰਾਈ ਖੇਤਰ ਕਿ ਜਿਹੜੇ ਹਿਮਾਚਲ ਦੇ ਨੇੜੇ ਪੈਂਦੇ ਨੇ ਜਿਵੇਂ ਹੁਸ਼ਿਆਰਪੁਰ ਤੋਂ ਲੈ ਕੇ ਨੰਗਲ ਅਨੰਦਪੁਰ ਸਾਹਿਬ ਦੇ ਇਲਾਕੇ ਹੋ ਕੇ ਪਠਾਨਕੋਟ ਦੇ ਜਾਂ 1-2 ਲੱਖੇ ਗੁਰਦਾਸਪੁਰ ਦੇ ਸੋ ਇਹਨਾਂ ਹਿੱਸਿਆਂ ਵਿੱਚ ਹੋ ਸਕਦਾ ਹੈ ਕਿ ਥੋੜੀ ਬਹੁਤ ਅਗਲੇ 12 ਤੋਂ ਲੈ ਕੇ 24-36 ਘੰਟਿਆਂ ਵਿੱਚ ਥੋੜੀ ਬਹੁਤ ਕਿਣਮਣ ਜਾਂ ਹਲਕੇ ਫੋਲਕੇ ਮੀਂਹ ਦੇ ਛਿੱਟੇ 1-2 ਹਿੱਸਿਆਂ ਵਿੱਚ ਪੈ ਸਕਦੇ ਨੇ ਪਰ ਕੋਈ ਜ਼ਿਆਦਾ ਤਖੜੇ ਕੋਈ ਮੀਂਹ ਦੇ ਸਾਰ ਨਹੀਂ ਹਨ ਮੌਸਮ ਫਿਲਹਾਲ ਠੀਕ-ਠਾਕ ਖੁਸ਼ਕ ਹੀ ਰਹੇਗਾ ਹਵਾਵਾਂ ਦੀ ਗੱਲ ਕਰਦਾ ਸਵੇਰ ਦੇ ਸਮੇਂ ਥੋੜਾ ਬਹੁਤ ਦੱਖਣ ਪੂਰਬੀ ਹਵਾਵਾਂ ਦਿਨ ਵੇਲੇ ਉੱਤਰ ਪੱਛਮੀ ਹਵਾਵਾਂ ਹੀ ਵਗਣਗੀਆਂ ਕਿਉਂਕਿ ਇਹ ਸਿਸਟਮ ਦੇ ਚੱਲਦੇ ਐਂਟੀ ਸਾਈਕਲੋਨ ਜਿਹੜਾ ਘੱਟ ਦਬਾ ਦਾ ਖੇਤਰੋਂ ਨਹੀਂ ਕਿਸੇ ਖੇਤਰ ਵਿੱਚ ਬਣਦਾ ਹੋਇਆ ਟਕੜੂ ਵਿੱਚ ਜਾ ਫਿਰਿਆ ਜਿਸ ਕਰਕੇ ਪੂਰਬੀ ਹਵਾਵਾਂ ਦੀ ਵਾਪਸੀ ਤਕੜੇ ਪੁੱਦਰ ਉੱਪਰ ਨਹੀਂ ਹੋਵੇਗੀ ਸੋ ਟੈਂਪਰੇਚਰ ਦਿਨ ਦਾ ਫਿਲਹਾਲ 15 ਤੋਂ 17-18 ਡਿਗਰੀ ਦੇ ਦਰਮਿਆਨ ਰਹੇਗਾ ਧੁੱਪ ਨਾਲ ਲੱਗਣ ਕਰਕੇ ਤੁੰਦ ਵਧਣ ਕਰਕੇ ਟੈਂਪਰੇਚਰ ਦੇ ਵਿੱਚ 2-3 ਡਿਗਰੀ ਦੀ ਦਿਨ ਦੇ ਗਰਾਵਟ ਹੋਈ ਹੈ ਹਲੇ ਸ਼ੀਤ ਲਹਿਰ ਵਰਗੇ ਹਾਲਾਤ ਨਹੀਂ ਹਨ ਕਿਉਂਕਿ ਜਦੋਂ ਦਿਨ ਦਾ ਟੈਂਪਰੇਚਰ 14 ਡਿਗਰੀ ਤੋਂ ਥੱਲੇ ਆਉਂਦਾ ਹੈ ਤਾਂ ਉਦੋਂ ਸ਼ੀਤ ਲਹਿਰ ਨੂੰ ਕੋਸ਼ਿਤ ਕੀਤਾ ਜਾਂਦਾ ਹੈ ਫਿਲਹਾਲ ਹਲੇ ਦਿਨ ਦੇ ਟੈਂਪਰੇਚਰ ਨੇ 15 ਡਿਗਰੀ ਤੋਂ ਪਲੱਸ ਹੀ ਦੇਖਣ ਨੂੰ ਮਿਲ ਰਹੇ ਨੇ ਜੋ ਆਸਤ ਤਾਪਮਾਨ ਨੇ ਸੋ ਜਿਸ ਕਰਕੇ ਇਸ ਨੂੰ ਆਪਾਂ ਸ਼ੀਤ ਲਹਿਰ ਦੇ ਵਿੱਚ ਨਹੀਂ ਗਿਣ ਸਕਦੇ ਪਰ ਠੰਡ ਦਾ ਜਿਹੜਾ ਮਾਹੌਲ ਆ ਉਹ ਥੋੜਾ ਜਿਹਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਵਧਿਆ ਹੈ ਧੁੰਦ ਦੇ ਚੱਲਦੇ ਤਾਂ ਰਾਤ ਦੇ ਟੈਂਪਰੇਚਰ ਨੇ ਦੀ ਗੱਲ ਕਰਤਾ ਉਹ ਲਗਭਗ 7 ਤੋਂ ਲੈ ਕੇ 9 ਡਿਗਰੀ ਦੇ ਵਿਚਕਾਰ ਰਹਣਗੇ ਏਵਰੇਜ ਤਾਪਮਾਨ ਦੇ ਪਰ ਕੁਝ ਖੇਤਰਾਂ ਵਿੱਚ ਟਾਂ ਜਿਹੜਾ ਘੱਟੋ ਘੱਟ ਤਾਪਮਾਨ ਉਹ 5 ਡਿਗਰੀ ਦੇ ਆਸ-ਪਾਸ ਵੀ ਆ ਸਕਦਾ ਹੈ। ਬਾਕੀ ਇਸੇ ਤਰ੍ਹਾਂ ਦਾ ਮੌਸਮ ਕੱਲ 31 ਦਸੰਬਰ ਨੂੰ ਵੀ ਰਹੇਗਾ ਧੁੰਦ ਦਾ ਮਾਹੌਲ ਬਣਿਆ ਰਹੇਗਾ ਥੋੜੀ-ਬਹੁਤ ਬੱਦਲਾਂ ਦੀ ਆਵਾਜ਼ ਆਈ ਰਹੂਗੀ ਹਲਕੀ-ਫੁਲਕੀ ਦੁਪਹਿਰ ਦੇ ਵੇਲੇ ਕੁਝ ਹਿੱਸਿਆਂ ਦੇ ਵਿੱਚ ਧੁੰਦ ਦਾ ਹਟਣ ਤੋਂ ਬਾਅਦ ਤੁੱਪ ਪੈਣ ਦੇ ਦੇਖਣ ਨੂੰ ਮਿਲ ਸਕਦੀ ਹੈ ਪਰ ਪੂਰੀ ਤਰ੍ਹਾਂ ਕੜਕਵੀਂ ਤੁੱਪ ਲੱਗਣ ਦੇ ਅਸਾਰ ਫਿਲਹਾਲ ਹਲੇ ਘੱਟ ਹੀ ਨਜ਼ਰ ਆ ਬਾਕੀ ਅਗਲੀ ਅਪਡੇਟ ਅਗਲੀ ਵੀਡੀਓ ਵਿੱਚ ਲੈ ਕੇ ਫਿਰ ਹਾਜ਼ਰ ਹੋਣੇ ਆ ਸੋ ਚੈਨਲ ਪੰਜਾਬ ਵੈਦਰ ਨਾਲ ਬਣੇ ਰਹੋ